ਸਾਡਾ ਤਾਂ ਕੋਈ ਰੋਲ ਨਹੀਂ ਹੈਗਾ। ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਪੁਲਿਸ? ਸਾਨੂੰ ਹੈ ਨਜਾਇਜ਼ ਇਹਨੂੰ ਕੀਤਾ ਗਿਆ, ਨਜਾਇਜ਼ ਇਹਨੂੰ ਕੀਤਾ ਗਿਆ, ਸਾਨੂੰ ਪਤਾ ਹੀ ਨਹੀਂ। ਪੁਲਿਸ ਕਹਿ ਰਹੀ ਹੈ ਮਾਰਨ ਵਾਸਤੇ 15 ਲੱਖ ਰੁਪਇਆ ਦਿੱਤਾ ਗਿਆ। ਕੀ ਬਰਾਮਦ ਹੋਇਆ ਸਾਨੂੰ ਦੱਸੋ, ਇਹਨਾਂ ਨੂੰ ਉਹਨਾਂ ਨਾਲ ਕਾਲ ਕੀਤੀ ਹੈ ਜਾਂ ਕੈਮਰੇ ਚੈੱਕ ਕੀਤੇ ਗਏ ਨੇ ਕਿ ਉਹ ਝੂਠੇ ਲਿਆ ਕੇ ਝੂਠੀਆਂ ਧੱਕਾ ਹੁੰਦਾ ਪਿਆ ਸਾਡਾ, ਬਿਲਕੁਲ ਧੱਕਾ ਹੋਣ ਡੇ ਹੈ। ਕੋਈ ਕੋਈ ਪ੍ਰੂਫ ਨਹੀਂ ਸਾਡੇ ਕੋਲ ਲਿਆ, ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਫੋਨ ਲਿਆ, ਫੋਨ ਲਿਆ, ਧੱਕਾ ਸਾਡੇ ਨਾਲ ਧੱਕਾ ਹੋਇਆ, ਧੱਕਾ ਹੋਇਆ ਸਾਡੇ ਨਾਲ ਧੱਕਾ। ਮਾਮਲਾ ਇਹ ਲੱਗਾ ਵੀ ਇਹਨਾਂ ਨੇ ਐਨ ਆਰ ਆਈ ਆਰ ਸੱਜੇ ਸੀਗੇ, ਉਹਨਾਂ 'ਤੇ ਗੋਲੀ ਚਲਾਈ ਸੀਗੀ ਅਤੇ ਉਹ ਜਿਹੜੇ ਗੋਲੀ ਚਲਾ ਕੇ ਭੱਜ ਗਏ ਸੀਗੇ, ਉਹ ਮੁੜ ਕੇ ਬੰਦੇ ਗ੍ਰਿਫਤਾਰ ਹੋਏ ਆ। ਉਹਨਾਂ 'ਚੋਂ ਦੋ ਜ਼ਖਮੀ ਆ, ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਅਤੇ ਉਹਦਾ 2 ਦਿਨ ਦਾ ਰਿਮਾਂਡ ਮਿਲਿਆ, ਉਹ ਹਸਪਤਾਲ ਇਹਨਾਂ ਦਾ 2 ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ, ਇਹਨਾਂ 2 ਦਿਨ ਦਾ ਰਿਮਾਂਡ ਮਿਲਿਆ, ਅੱਜ ਖਤਮ ਹੋਇਆ। ਅੱਜ ਅਸੀਂ 4 ਬੰਦੇ ਪੇਸ਼ ਕਰਦੇ ਹਾਂ, ਇਹਨਾਂ ਸ਼ੂਟਰ ਕੋਈ ਨਹੀਂ, ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਹੀ ਦਿੱਤੀ ਸੀ। 2 ਬੰਦੇ ਮਤਲਬ ਇਹਨਾਂ ਨੂੰ ਰਿਮਾਂਡ 2 ਦਿਨ ਦਾ ਪਹਿਲਾਂ ਮਿਲਿਆ ਸੀਗਾ, ਹੁਣ 14 ਦਿਨ ਮਿਲਿਆ। ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਬਕਾ ਸਹੁਰੇ ਸੀਗੇ, ਸਹੁਰਾ ਸਾਹਿਬ ਸੀਗੇ, ਇਹਨਾਂ ਦਾ ਜਾਨੀ ਕਿ ਅਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੌਲਾਂ, ਉਹ ਹਾਂ ਪਿਸਤੌਲ ਬਣਾਉ। ਟੋਟਲ ਕਿੰਨੇ ਆਰੋਪੀ ਅੱਜ ਤੱਕ ਤੁਸੀਂ ਲਿਆਏ ਪੇਸ਼ੀ ਵਾਸਤੇ? ਅਸੀਂ ਟੋਟਲ 5 ਇੱਕ 6 ਲਿਆਏ ਸੀ। 6 ਲਿਆਏ ਹੋ? ਹਾਂਜੀ। ਸ਼ੂਟਰ ਦਾ 2 ਦਿਨ ਦਾ ਰਿਮਾਂਡ ਮਿਲਿਆ। ਸ਼ੂਟਰ ਦਾ ਨਾਮ ਕੀ ਹੈ? ਹਾਂਜੀ ਸਾਬੀ ਦਾ। ਸ਼ੂਟਰ ਦਾ ਪੂਰਾ ਨਾਮ? ਸੁਖਵਿੰਦਰ ਸਿੰਘ। ਸਾਡਾ ਤਾਂ ਕੋਈ ਰੋਲ ਨਹੀਂ ਹੈਗਾ। ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਪੁਲਿਸ? ਸਾਨੂੰ ਹੈ ਨਜਾਇਜ਼ ਇਹਨੂੰ ਕੀਤਾ ਗਿਆ, ਨਜਾਇਜ਼ ਇਹਨੂੰ ਕੀਤਾ ਗਿਆ, ਸਾਨੂੰ ਪਤਾ ਹੀ ਨਹੀਂ। ਕਹਿ ਰਹੀ ਹੈ ਮਾਰਨ ਵਾਸਤੇ 15 ਲੱਖ ਰੁਪਇਆ ਦਿੱਤਾ ਗਿਆ। ਫੋਨ ਲਿਆ ਗਿਆ, ਕੀ ਬਰਾਮਦ ਹੋਇਆ ਸਾਨੂੰ ਦੱਸੋ, ਇਹਨਾਂ ਨੂੰ ਉਹਨਾਂ ਨਾਲ ਕਾਲ ਕੀਤੀ ਹੈ ਜਾਂ ਕੈਮਰੇ ਚੈੱਕ ਕੀਤੇ ਗਏ ਨੇ ਕਿ ਉਹ ਝੂਠੇ ਲਿਆ ਕੇ ਧੱਕਾ ਹੁੰਦਾ ਪਿਆ ਸਾਡਾ, ਬਿਲਕੁਲ ਧੱਕਾ ਹੋਣ ਡੇ ਹੈ। ਕੋਈ ਕੋਈ ਪ੍ਰੂਫ ਨਹੀਂ ਸਾਡੇ ਕੋਲ ਲਿਆ, ਸਾਡੇ ਕੋਲ ਨਹੀਂ ਨਹੀਂ ਸਾਡੇ ਕੋਲ ਫੋਨ ਲਿਆ, ਫੋਨ ਲਿਆ, ਧੱਕਾ ਸਾਡੇ ਨਾਲ ਧੱਕਾ ਹੋਇਆ, ਧੱਕਾ ਹੋਇਆ ਸਾਡੇ ਨਾਲ ਧੱਕਾ। ਮਾਮਲਾ ਇਹ ਲੱਗਾ ਵੀ ਇਹਨਾਂ ਨੇ ਐਨ ਆਰ ਆਈ ਆਰ ਸੱਜੇ ਸੀਗੇ, ਉਹਨਾਂ 'ਤੇ ਗੋਲੀ ਚਲਾਈ ਸੀਗੀ ਅਤੇ ਉਹ ਜਿਹੜੇ ਗੋਲੀ ਚਲਾ ਕੇ ਭੱਜ ਗਏ ਸੀਗੇ, ਉਹ ਮੁੜ ਕੇ ਬੰਦੇ ਗ੍ਰਿਫਤਾਰ ਹੋਏ ਆ। ਉਹਨਾਂ 'ਚੋਂ 2 ਜ਼ਖਮੀ ਆ, ਇੱਕ ਜਿਹੜਾ ਵਾ ਸ਼ੂਟਰ ਜਿਹੜੇ ਸ਼ੂਟਰ ਨੇ ਅਤੇ ਉਹਦਾ 2 ਦਿਨ ਦਾ ਰਿਮਾਂਡ ਮਿਲਿਆ, ਉਹ ਹਸਪਤਾਲ ਇਹਨਾਂ ਦਾ 2 ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀਗੀ, ਇਹਨਾਂ 2 ਦਿਨ ਦਾ ਰਿਮਾਂਡ ਮਿਲਿਆ, ਅੱਜ ਖਤਮ ਹੋਇਆ। ਅੱਜ ਅਸੀਂ 4 ਬੰਦੇ ਪੇਸ਼ ਕਰਦੇ ਹਾਂ, ਇਹਨਾਂ ਸ਼ੂਟਰ ਕੋਈ ਨਹੀਂ, ਇਹ ਸਿਰਫ ਹੋਟਲ ਦੇ ਇਹਨਾਂ ਨੇ ਪਨਾਹ ਹੀ ਦਿੱਤੀ ਸੀ। 2 ਬੰਦੇ ਮਤਲਬ ਰਿਮਾਂਡ ਕਿੰਨੇ ਦਿਨ ਦਾ ਮਿਲਿਆ? ਇਹਨਾਂ ਨੂੰ ਰਿਮਾਂਡ 2 ਦਿਨ ਦਾ ਪਹਿਲਾਂ ਮਿਲਿਆ ਸੀਗਾ, ਹੁਣ 14 ਦਿਨ ਮਿਲਿਆ। ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਬਕਾ ਸਹੁਰੇ ਸੀਗੇ, ਸਹੁਰਾ ਸਾਹਿਬ ਸੀਗੇ, ਇਹਨਾਂ ਦਾ ਜਾਨੀ ਕਿ ਅਤੇ ਜਿਹੜਾ ਇਹਨਾਂ ਦਾ ਜਿਹਨਾਂ ਗੋਲੀ ਚਲਾਈ ਸੀ ਉਹ ਆਪਣਾ ਬਰਾਮਦ ਹੋ ਗਈ ਪਿਸਤੌਲਾਂ,
ਉਹ ਹਾਂ ਪਿਸਤੌਲ ਬਣਾਉਣ ਦਾ। ਟੋਟਲ ਕਿੰਨੇ ਆਰੋਪੀ ਅੱਜ ਇੱਥੇ ਤੁਸੀਂ ਲਿਆਏ ਪੇਸ਼ੀ ਵਾਸਤੇ? ਅਸੀਂ ਟੋਟਲ 5 ਤੇ 6 ਲਿਆਏ। 6 ਲਿਆਏ? ਹਾਂ, ਸ਼ੂਟਰ ਦਾ 2 ਦਿਨ ਦਾ ਰਿਮਾਂਡ ਮਿਲਿਆ। ਸ਼ੂਟਰ ਦਾ ਨਾਮ ਕੀ ਹੈ? ਹਾਂਜੀ, ਸਾਬੀ ਦਾ। ਸ਼ੂਟਰ ਦਾ ਪੂਰਾ ਨਾਮ? ਸੁਖਵਿੰਦਰ ਸਿੰਘ।